ਪੰਟਰ ਹੈ ਭਾਈ ਜੀ ਉਹ ਜਿਹੜਾ ਟਾਇਰਾਂ ਦੇ ਮਗਰ ਮਗਰ ਚੱਲਦਾ ਅਤੇ ਟਾਇਰਾਂ ਦੇ ਮਗਰ ਮਗਰ ਜਿਹੜਾ ਤੇਲ ਕੱਢਦਾ ਮਸ਼ੀਨ ਨਾਲ ਲਾਇਆ ਸੀ ਅਤੇ ਮਸ਼ੀਨ ਨਾਲ ਜਿਹੜਾ ਲਾਇਆ ਬੈੱਡਾਂ 'ਤੇ ਇਹ ਬਹੁਤ ਵਿਰਲਾ ਹੋਇਆ ਇਹ ਬੂਟਾ ਉਨਾ ਨਹੀਂ ਵੱਜ ਸਕਿਆ ਜਗ੍ਹਾ ਖਾਲੀ ਰਹਿ ਗਈ ਇਹਦੀ ਐਵਰੇਜ ਘੱਟ ਨਿਕਲਦੀ ਪਈ ਹੁਣ ਇਹ ਬੀਜਦੇ ਪਏ ਇਹਨੂੰ ਪਿਕਨਿਕ ਦੇ ਜ਼ਰੀਏ ਬੀਜਦੇ ਪਏ ਲੇਕਿਨ ਇਹਦੇ ਉੱਤੇ ਛੱਟਾ ਕਰਾਂਗੇ ਇਹਨੂੰ ਉਹ ਦੂਜਾ ਕੰਮ ਨਹੀਂ ਕਰਨਾ ਇਹਦੇ ਨਾਲ ਮਸ਼ੀਨ ਨਹੀਂ ਤੋੜਨੀ ਮਸ਼ੀਨ ਇੱਕ ਤਾਂ ਦੁਨੀਆਂ ਨੱਪ ਦਿੰਦੀ ਜਿਹੜੀ ਮਕਾਈ ਵਾਲੀ ਮਸ਼ੀਨ ਸਬਜ਼ੀ ਵਾਲੀ ਮਸ਼ੀਨ ਤਾਂ ਸ਼ਾਇਦ ਫਿਰ ਠੀਕ ਹੋਵੇ ਲੇਕਿਨ ਮੱਕੀ ਵਾਲੀ ਬੀਜ ਦੀ ਮਸ਼ੀਨ ਉਹ ਡੂੰਘਾ ਨੱਪ ਦਿੰਦੀ ਹੈ ਉਹ ਤਾਂ ਨੁਕਸਾਨ ਕਰਦੀ ਬਹੁਤ ਜ਼ਿਆਦਾ ਅਤੇ ਇਹ ਹੁਣ ਜਿਹੜਾ ਹੈ ਨਾ ਇਹਨੂੰ ਛੱਟਾ ਕਰਨਾ ਇਹਦੇ ਉੱਤੇ ਖਾਲੀ ਉੱਤੇ ਦੇਖਦੇ ਹਾਂ ਕਿੰਨੀਆਂ ਦਿਨਾਂ ਬਾਅਦ ਅਤੇ ਅੱਜ ਵੀ